ਰਹਿਤਨਾਮਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਲਿਖਤਮ ਰਾਮ ਸਿੰਘ ਹੋਰ ਸਮੂਹ ਖਾਲਸਾ ਜੀ ਭੈਣੀ ਦਾ ਸਮੂਹ ਖਾਲਸੇ ਜੀ ਕੋ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਮਾਣ ਕਰਨੀ ਜੀ ਹੋਰ ਰਹਿਤਨਾਮਾ ਸਮੂਹ ਸੰਗਤ ਦੇ ਵਾਸਤੇ ਲਿਖਿਆ ਭੈਣੀ ਤੇ ਪਿਛਲੀ ਰਾਤ ਉੱਠ ਕੇ ਗੜਵਾ ਲਜਾਇਆ ਕਰ ਮੈਦਾਨੇ ਹੋਏ ਆਉਣਾ ਦੋ ਵਾਰੀ ਗੜਵਾ ਮਾਂਜਣਾ ਮੈਦਾਨ ਬਸਤਰ ਲਾਹੇ ਕੇ ਜਾਣਾ ਦਾਤਨ ਕਰਨੀ ਫੇਰ ਇਸ਼ਨਾਨ ਕਰਨਾ ਬਾਣੀ ਪੜ੍ਹਨੀ ਜੇ ਕੰਠ ਨਾ ਹੋਵੇ ਤਾਂ ਕੰਠ ਕਰ ਲੈਣੀ ਸਰਬ ਮਾਈ ਬੀਬੀ ਸਰਬ ਬੁੱਢੇ ਬਾਲੇ ਨੇ ਜਪ ਜਾਪ ਦੋਹਾਂ ਦੇ ਹਜ਼ਾਰੇ ਕੰਠ ਕਰਨੇ ਰਹਿ ਰਾਸ ਆਰਤੀ ਸੋਹਿਲਾ ਏਤਨੀ ਤਾਂ ਜ਼ਰੂਰ ਹੀ ਕੰਠ ਕਰਨੀ ਅਤੇ ਸੀਲ ਸੰਤੋਖ ਸਭ ਨੇ ਰੱਖਣਾ ਭਜਨ ਅੱਠੇ ਪੈਰ ਕਰਨਾ ਗੁਰੂ ਸੱਚੇ ਦਾ ਹੋਰ ਪਰਾਈ ਧੀ ਭੈਣ ਆਪਣੀ ਜਾਣਨੀ ਪਰਾਇਆ ਹੱਕ ਗੁਰੂ ਜੀ ਨੇ ਅੱਗੇ ਹੀ ਲਿਖ ਛੱਡਿਆ ਹੈ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਜੋ ਕੋਈ ਭਜਨ ਪੁੱਛ ਕੇ ਨਾ ਕਰੂਗਾ ਉਸ ਦਾ ਮੂੰਹ ਦੁਈ ਜਹਾਨੀ ਕਾਲਾ ਹੋਊਗਾ ਹੋਰ ਜੀ ਕਿਸੇ ਨੇ ਮੰਦਾ ਫਿੱਕਾ ਨਹੀਂ ਬੋਲਣਾ ਖਿਮਾ ਕਰਨੀ ਬੋਲ ਕਬੋਲ ਸਹਿ ਜਾਣਾ ਸਭ ਦਾ ਜੇ ਕੋਈ ਮਾਰੇ ਕੁਛ ਤਾਂ ਵੀ ਖਿਮਾ ਕਰਨੀ ਤੁਸਾਂ ਦਾ ਰੱਛਕ ਗੁਰੂ ਹੈ ਹਰ ਵਕਤ ਤੁਸੀਂ ਬਹੁਤ ਆਪਣੀ ਭਲਾਈ ਛਪਾਉਣ ਦੀ ਕਰਨੀ ਹਰ ਵਕਤ ਦੁਆਨ ਲਾਉਣਾ ਹਰ ਦਿਨ ਸ਼ਬਦ ਕੀਰਤਨ ਕਰਨਾ ਜੇਕਰ ਜੱਗ ਕਰਨਾ ਹੋਵੇ ਤਾਂ ਚੌਂਕਾ ਦੇਣਾ ਭਾਂਡੇ ਕੋਰੇ ਲਿਆਉਣੇ ਚੌਂਕੇ ਵਿੱਚ ਚਰਨ ਧੋਏ ਕੇ ਬਣਨਾ ਔਰ ਹੋਮ ਵੀ ਕਰਨਾ ਪਹਿਲੇ ਚੌਂਕਾ ਦੇਣਾ ਹੋਮ ਦੀ ਜਗ੍ਹਾ ਲੱਕੜੀ ਹੋਮ ਵਿੱਚ ਪਲਾਹ ਦੀ ਪਾਉਣੀ ਜਾਂ ਬੇਰੀ ਦੀ ਪਾਉਣੀ ਫੂਕ ਨਹੀਂ ਮਾਰਨੀ ਹੋਮ ਵਿੱਚ ਹੋਮ ਦੀ ਅੱਗ ਨੂੰ ਪੱਖੀ ਨਾਲ ਝੱਲਣਾ ਪੰਜ ਆਦਮੀ ਹੋਮ ਵਿੱਚ ਪੋਥੀਆਂ ਉੱਤੋਂ ਬਾਣੀ ਪੜ੍ਹਨੀ ਚੌਪਈ ਜਪ ਜਾਪ ਚੰਡੀ ਚਰਿੱਤਰ ਅਕਾਲ ਉਸਤਤ ਛੇਵਾਂ ਆਦਮੀ ਅਹੂਤੀਆਂ ਪਾਵੇ ਸੱਤਵਾਂ ਮਗਰੋਂ ਨਾਲ ਹੀ ਜਲਦਾ ਛਿੱਟਾ ਦੇਵੇ ਥੋੜ੍ਹਾ ਥੋੜ੍ਹਾ ਜੇ ਕੋਈ ਮੰਦਾ ਕਰਮ ਕਰੇ ਜਾਰੀ ਚੋਰੀ ਤਾਂ ਕਿਸੇ ਹੀ ਥਾਂ ਦੀਵਾਨ ਵਿੱਚ ਨਹੀਂ ਵੜਨ ਦੇਣਾ ਜੇਕਰ ਜ਼ੋਰਾਵਰ ਹੋਵੇ ਤਾਂ ਸਭਨਾਂ ਨੇ ਇਹੋ ਅਰਦਾਸ ਕਰਨੀ ਜੀ ਇਹੋ ਆਦਮੀ ਇੱਥੇ ਆਉਣ ਜੋਗਾ ਹੀ ਨਾ ਰਹਿ ਹੋਰ ਜੀ ਮੇਰੀ ਮੱਤ ਬਹੁਤ ਥੋੜ੍ਹੀ ਹੈ ਤੁਸੀਂ ਆਪ ਹੀ ਸਭ ਕੁਝ ਸਮਝ ਲੈਣਾ ਜੀ ਹੋਰ ਜੀ ਸਭ ਨੇ ਹੱਥ ਜੋੜਨੇ ਪਰਮੇਸ਼ਰ ਅੱਗੇ ਜੋ ਹੇ ਮਹਾਰਾਜ ਸਾਡਾ ਧਰਮ ਬਣਿਆ ਰਹੇ ਹੋਰ ਕੱਛਾਂ ਰੱਖਣੀਆਂ ਪਹੁੰਚਾ ਪਾ ਕੇ ਪਹੁੰਚਾ ਲਾਉਣਾ ਹੋਰ ਜੀ ਕਿਸੇ ਦਾ ਮੰਦਾ ਕਰਮ ਛਪਾਉਣਾ ਨਹੀਂ ਕਿਸੇ ਨੇ ਹੋਰ ਜੀ ਕਿਸੇ ਨੇ ਧੀ ਭੈਣ ਦਾ ਪੈਸਾ ਨਹੀਂ ਲੈਣਾ ਵੱਟਾ ਨਹੀਂ ਕਰਨਾ ਸਦਾ ਗੁਰੂ ਗੁਰੂ ਜਪਦੇ ਰਹਿਣਾ ਸਾਰੇ ਬਹੀਰ ਨੂੰ ਇਹੋ ਹੁਕਮ ਸੁਣਾਏ ਦੇਣਾ ਜੋ 15-16 ਵਰਸ ਤੇ ਘੱਟ ਕੋਈ ਨਾ ਕੁੜੀ ਵਿਆਹੇ ਦਾਰੂ ਮਾਸ ਨਹੀਂ ਖਾਣਾ ਪੀਣਾ ਖੌਫ ਰੱਖਣਾ ਗੁਰੂ ਦਾ ਹਰਦਮ ਚੰਡੀ ਦੀ ਵਾਰ ਅਤੇ ਉਗਰਦੰਤੀ ਇਹ ਬਾਣੀਆਂ ਹਮਣ ਵਿੱਚ ਪੜ੍ਹਨ ਦਾ ਹੁਕਮ ਸਤਿਗੁਰੂ ਹਰੀ ਸਿੰਘ ਜੀ ਨੇ ਦਿੱਤਾ ਸੀ।